मैपल लीव की व्हाइट सीमेंट बेस एसटी पट्टी। जब बेस ना हो स्ट्रॉन्ग तो सब कुछ होगा रॉन्ग। ऐसा करो कि लेड शेड बंद कर लो, मैं ना सुबह अपनी रिकॉर्डिंग पे जाना है, अच्छी तरह मेकअप से चले जाऊंगी, ठीक है? और ना वो मेरे ना दो शलवारा कमीजा साइड से कर दी, 1 बजे का मतलब 1 बजे उठा देना, सिर्फ अपने वालों में विग लगाऊंगा चल पाऊंगे। लाइट बंद करो ते दरवाजा बंद करो ते सो जाओ। हाँ जी, अस्सलाम वालेकुम। वालेकुम सलाम। सेहत भी ठीक है? हाँ जी। परेशान होगी देख के इस टाइम में? यार टाइम तो देखो ना, 4:04 टाइम तो बहुत हो गया। कोई गाड़ी आ जाओ, टाइम तो साउंड है कि वैसे कद आया आ मेरे ने ना समझी किसी ने मैं चुकवाए ने ये मेरे ने रखी ਅਜੀ ਯੂਕੇ ਲੈ ਕੇ ਆਂਦੇ ਕਿੱਥੇ ਰੱਖਾਂ ਕਿੱਥੋਂ ਯੂਕੇ ਲੈ ਕੇ ਆਂਦੇ ਇਹਦਾ ਪਾਸਪੋਰਟ ਚੈੱਕ ਕਰਕੇ ਨਾ ਉੱਥੇ ਰੱਖ ਦੇ ਯੂਕੇ ਤੋਂ ਇੱਥੇ ਰੱਖ ਦੇ ਤੇ ਜਾ ਸ਼ਾਬਾਸ਼ ਬਾਕੀ ਸਮਾਨ ਜਿਹੜਾ ਨਹੀਂ ਹੈ ਹਾਂਜੀ ਉਹ ਵੀ ਲਿਆ ਤੇਰੇ ਜਿਹੜੇ ਕਮਰੇ 'ਚ ਲਿਆਇਆ ਸ਼ੀਦਾ ਲੈ ਕਿਉਂ ਅੱਛਾ ਸ਼ੀਦਾ ਰੌਲਾ ਪਤਾ ਕੀ ਹੈ ਸੁਣੇ ਉਹ ਮੇਰੇ ਨਾਲ ਕਮਰੇ ਦਾ ਆਇਆ ਹੋ ਗਿਆ ਏਸੀ ਖਰਾਬ ਅੱਛਾ ਹੈ ਤੂੰ ਮੈਂ ਕਿਹਾ ਚਲੋ ਯਾਰ ਸ਼ੀਦਾ ਦੇ ਨਾਲ ਦਾ ਰੂਮ ਕੋਈ ਗੱਲ ਨਹੀਂ ਇੱਧਰ ਆ ਕੇ ਬੈਠੋ ਨਹੀਂ ਬੈਠਣਾ ਨਹੀਂ ਮੈਂ ਸੋਣਾ ਚਾਹ ਰਿਹਾ ਨਹੀਂ ਸੋਣਾ ਕੀ ਚਾਹ ਰਹੇ ਤੁਹਾਡਾ ਏਸੀ ਠੀਕ ਹੋ ਜਾਏਗਾ ਹੋਟਲ ਵਾਲੇ ਨੇ ਕੋ ਤੁਹਾਡੇ ਕਮਰੇ ਦਾ ਕਿਉਂ ਖਰਾਬ ਹੋਇਆ ਐਸਾ ਮੈਂ ਕਹਿੰਦਾ ਕਿ ਮੇਰੇ ਪਿਓ ਨੇ ਬਾਇਆ ਉੱਥੇ 4:45 ਦਾ ਟਾਈਮ ਨਹੀਂ ਕਿਸ ਤਰ੍ਹਾਂ ਕਾਲ ਕਰਕੇ ਪੁੱਛਾਂ ਨਾ ਦਾ ਬੰਦ ਉਹ ਬੰਦ ਹੈ ਨਾ ਏਸੀ ਯਾਰ ਉਹ ਟ੍ਰਿਪ ਕਰ ਗਿਆ ਉਹ ਇਹਨੇ ਕੀ ਮਤਲਬ ਟ੍ਰਿਪ ਕਰ ਗਿਆ ਮੈਂ ਭਲਾ ਕੀ ਚਾਹ ਮੈਂ ਤੁਹਾਡੇ ਕੋ ਰੂਮ ਚੇਂਜ ਕਰ ਦੇਣ ਹੈ ਰੂਮ ਚੇਂਜ ਕਰ ਦੇਣ ਕੌਣ ਚੇਂਜ ਕਰ ਦੇਣ ਰੂਮ ਲੱਗੇ ਨੇ ਸਾਰੇ ਰੂਮ ਉਹਨਾਂ ਦੇ ਹੋਟਲ ਖਾਲੀ ਤਾਂ ਨਹੀਂ ਹੈਗਾ ਤੇ ਵਿੱਕੀ ਸਾਹਿਬ ਤੁਹਾਨੂੰ ਵੀ ਤੁਸੀਂ ਵੀ ਇੱਥੇ ਸੋਣਾ ਹੈ ਹੈ ਤੁਸੀਂ ਇੱਥੇ ਸੋਣਾ ਹੈ ਤੇ ਸੋ ਜਾ ਐਡਾ ਵੱਡਾ ਕਮਰਾ ਸੀ ਤਾਂ ਤੂੰ ਦੌੜ ਕੇ ਸੋਣਾ ਹੈ ਤੂੰ ਚਲੋ ਠੀਕ ਹੈ ਤੇ ਉਹ ਮੁੰਡੇ ਨੇ ਕੀ ਕਰਨਾ ਮੁੰਡਾ ਕੀ ਐਡਾ ਜਿਹੜਾ ਜੇਨ ਵਰਗਾ ਲੈ ਜਾ ਜਾਫਰ ਹਾਂ ਜਾਫਰ ਅੱਡਾ ਮੈਂ ਸੋ ਜਾਗਾ 10 ਹੋ ਲੇਗਾ ਨਹੀਂ ਨਹੀਂ ਮੈਂ ਉਹਨੂੰ ਨਹੀਂ ਸਵਾ ਸਕਦੀ ਹੈ ਉਹਨੂੰ ਨਹੀਂ ਸਵਾ ਸਕਦੀ ਭਾਈ ਉਹਨੂੰ ਨਹੀਂ ਸਵਾ ਸਕਦੀ ਨਹੀਂ ਚਲੋ ਠੀਕ ਹੈ ਇੱਥੇ ਮੇਰੇ ਦੋ ਮੁੰਡੇ ਸੋ ਜਾਂਦੇ ਇੱਥੇ ਮੈਂ ਸੋ ਜਾਨੀ ਆ ਹਾਂ ਤੇ ਮੈਟਰਸ ਤੇ ਤੁਸੀਂ ਹੋ ਜਾਓ ਹੈ ਮੈਟਰਸ ਤੇ ਤੁਸੀਂ ਹੋ ਜਾਓ ਮੈਟਰਸ ਤੁਹਾਡਾ ਭਾਂਡੇ ਭੁੰਡੇ ਵੀ ਦੱਸੋ ਕਿੱਥੇ ਪਾਵਾਂ ਉਹ ਵੀ ਧੋਣੇ ਆ ਤੁਹਾਡੇ ਨਾ ਨਹੀਂ ਤੇ ਮੈਂ ਆਪਣੇ ਮੁੰਡਿਆਂ ਨੂੰ ਕਿੱਥੇ ਪਾਵਾਂ ਜਿੱਥੇ ਮਰਜ਼ੀ ਨਾਲ ਜੰਮਿਆ ਉਹਨਾਂ ਨੂੰ ਦੇ ਵਾਪਸ ਚਲੋ ਪਾਣੇ ਨਹੀਂ ਠੀਕ ਹੈ ਮੇਰਾ ਭਰਾ ਵੇ ਤੇ ਨਾਲ ਜਿਹੜਾ ਦੂਜਾ ਤਮੂਰ ਹੈ ਉਹ ਵੀ ਮੇਰਾ ਭਰਾ ਆਬਦ ਤੇ ਖੈਰ ਆਬਦ ਤੇ ਆਪਣਾ ਬੱਚਾ ਨੇ ਯਾਰ ਆਬਦ ਦੀ ਕੋਈ ਗੱਲ ਨਹੀਂ ਤੇ ਆਬਦ ਦੇ ਨਾਲ ਹਾਂ ਤਮੂਰ ਵੀ ਤਮੂਰ ਤੇ ਵੈਸੇ ਨਹੀਂ ਸੌਂਦਾ ਉਹ ਤੇ ਜਾਗਦੇ ਰਹਿੰਦੇ ਤੁਸੀਂ ਸੈਂਟਰ 'ਚ ਸੋ ਜਾਓ ਫਿਰ ਇੱਧਰ ਉੱਧਰ ਸੋ ਜਾਂਦੇ ਜਾਫਰ ਨੂੰ ਫਿਰ ਉਸ ਗਰਮੀ 'ਚ ਸੁਵਾਓ ਜਾਫਰ ਨੂੰ ਕਾਹਦੇ ਲਈ ਗਰਮੀ 'ਚ ਮੈਂ ਸਵਾ ਰਿਹਾ ਉਹਨੂੰ ਕੀ ਮਸਲਾ ਕੋਈ ਉਹ ਨਹੀਂ ਭਾਈ ਏਡੀ ਵੱਡੀ ਲਾਸ਼ ਨੂੰ ਮੈਂ ਨਹੀਂ ਆਪਣੇ ਕਮਰੇ 'ਚ ਪਾਣਾ ਖੁਦਾ ਦਾ ਖੌਫ ਕਰੀਦਾ ਹੁੰਦਾ ਲਾਸ਼ ਨੂੰ ਜੇ ਇਹੋ ਜੀਆਂ ਗੱਲਾਂ ਨਹੀਂ ਕਰੀਦੀਆਂ ਮੈਨੂੰ ਉਂਝੀ ਤੁਹਾਡਾ ਸ਼ਗਿਰਦ ਜ਼ਹਿਰ ਲੱਗਦਾ ਐਡੇ ਬੁਰੇ ਤਰੀਕੇ ਨਾਲ ਮੈਨੂੰ ਵੇਖਦਾ ਹੈ ਹਾਂ ਉਹਦੀ ਨਜ਼ਰਾਂ ਨਹੀਂ ਸਹੀ ਆ ਹੁਣ ਮੈਂ ਦੇਖੋ ਮੈਂ ਜਿਹਾ ਕਿ ਸੁੱਤੀ ਹਾਂ ਜਾਂ ਜੇ ਸੁੱਤੀ ਹਾਂ ਮੇਰੇ ਭਾਵੇਂ ਇੱਥੇ ਵੇਖ ਰੋ ਉਹਦਾ ਦਿਲ ਬੇਈਮਾਨ ਹੋਏ ਕਿ ਮੈਂ ਸ਼ੀਜ਼ਾ ਦੀ ਚੁੰਮੀ ਲੈਣੀ ਹੈ ਜਾਂ ਮੈਨੂੰ ਹੱਥ ਪੱਲਾ ਲਾ ਦੇ ਮੈਂ ਕੌਣ ਜ਼ਿੰਮੇਦਾਰ ਹੈ ਤੂੰ ਫਿਰ ਮੈਨੂੰ ਇਹਨਾਂ ਦੱਸ ਦੇ ਵੀ ਤੇਰਾ ਸੁੱਤੀ ਪਈ ਦਾ ਸ਼ੂਟ ਹੋ ਰਿਹਾ ਲੱਗ ਗਿਆ ਸੋਣਾ ਕਦੀ ਆਇਆ ਸੋਣਾ ਤੂੰ ਸੁੱਤੀ ਰਹਿ ਚੁੱਪ ਕਰਕੇ ਇੱਕ ਪਤਾ ਲੈ ਕੇ ਤੈਨੂੰ ਮੇਰਾ ਪਤਾ ਨਹੀਂ ਸੌਂਦਾ ਮੈਂ ਪੂਰੇ ਬੈੱਡ ਤੇ ਘੁੰਮਣੀ ਆ ਨਾਲ ਫਿਰ ਤੈਨੂੰ ਜਿਹੜੀ ਲਾ ਦਈਏ ਬੈੱਡ ਤੇ ਮੈਨੂੰ ਜੁਕਤਾ ਮਾਰਨ ਵਾਸਤੇ ਆਇਆ ਮੇਰੀ ਤੁਸੀਂ ਨੀਂਦ ਤਾਂ ਯਾਰ ਸੋਣਾ ਹੈ ਨਾ ਮਤਲਬ ਕੋਈ ਅਸੀਂ ਦੋਵੇਂ ਸਵੇਰ ਦੀ ਸੈਰ ਤੇ ਸੌ ਜਾਗੇ ਯਾਰ ਕਿਤੇ ਇਸੀ ਸਵੇਰ ਦੇ ਠੀਕ ਹੈ ਕਿਦਾ ਕਿੰਨੇ ਵਜੇ ਤੱਕ ਹੋ ਜਾਏਗਾ ਹੋਟਲ ਵਾਲਿਆਂ ਨੂੰ ਪੁੱਛੋ ਤੇ ਸਹੀ ਯਾਰ ਮਾਨੂੰ ਪੁੱਛਿਆ ਕਹਿੰਦੇ ਭਾਈ ਤੇ ਤੁਸੀਂ ਹੋਟਲ ਚੇਂਜ ਕਰ ਲਓ ਦੂਜੇ ਹੋਟਲ ਚਲੇ ਜਾਓ ਅਲਾ ਕੋ ਪੈਸੇ ਵਾਪਸ ਲੈ ਲੈ ਮੈਂ ਸਮਾਨ ਚੁਕਾ ਤੇ ਮੈਂ ਤੁਹਾਨੂੰ ਇੱਥੇ ਪਾ ਲਿਆ ਭਾਵੇਂ ਮੇਰਾ ਆਪਣਾ ਬੰਦਾ ਸ਼ੱਕ ਕਰਨ ਲੱਗ ਜੇ ਕਹਿੰਦੇ ਸ਼ੀਜ਼ਾ ਨੇ ਦੋ ਦੋ ਬੰਦੇ ਕਿਉਂ ਪਾਏ ਨੇ ਹਾਂ ਨਹੀਂ ਗੱਲ ਨਹੀਂ ਇੱਕੋ ਵਜੇ ਸ਼ੱਕ ਹੁੰਦਾ ਦੋਵਾਂ ਨਾਲ ਇਕੱਠਿਆਂ ਨਾਲ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਅੱਜ ਕੱਲ ਤੇ ਹੋਰ ਕੋਈ ਟੂਰ ਛਿਰਿਆ ਹੈ ਕਿਹੜਾ ਇੱਕ ਮੇ ਦੋ ਫ੍ਰੀ ਆ ਉਹ ਹੋਰ ਪੈਕੇਜ ਇਹ ਤੇ ਗੱਲ ਹੀ ਹੋ ਰਹੀ ਨਹੀਂ ਨਹੀਂ ਮੈਂ ਨਹੀਂ ਸੋਣਾ ਓਏ ਕੋਈ ਫਰਕ ਨਹੀਂ ਪੈਂਦਾ ਯਾਰ ਸਿੱਧਾ ਦੋ ਬੰਦਿਆਂ ਨਾਲ ਮੈਂ ਨਹੀਂ ਸੋਣਾ ਚਲੋ ਉਹਨੂੰ ਮੈਂ ਸਵਾ ਦਿੰਦਾ ਥੱਲੇ ਵਾਲੇ ਕਮਰੇ 'ਚ ਕਿਧਰੇ ਕਿੱਥੇ ਹੈ ਕਿੱਥੇ ਅੰਬਰਾਂ ਦੇ ਕਮਰੇ ਨੂੰ ਮਸਜਿਦ 'ਚ ਭੇਜ ਮੁਸਾਫਰਖਾਨੇ ਵਾਲੀ 'ਚ ਉੱਥੇ ਜਾ ਕੇ ਸੋਵੇ ਏਡਾ ਨੇਕ ਜੋ ਹੈ ਨਹੀਂ ਉਹਨੂੰ ਮਸਜਿਦ ਭੇਜ ਦਿਆਂ ਹਾਂ ਉਹ ਕਦੀ ਵੈਸੇ ਜਾਂਦਾ ਵੇਖਿਆ ਨਹੀਂ ਜੀ ਠੀਕ ਹੈ ਤੁਹਾਨੂੰ ਮੈਂ ਇੱਕ ਸ਼ਰਤ ਆਪਣੇ ਕਮਰੇ 'ਚ ਸਵਾਨੀ ਅੱਜ ਦਾ ਰੈਂਟ ਫਿਰ ਤੁਸੀਂ ਦਿਓ 4 ਵਜੇ ਹੁਣ ਮੈਂ ਤੇਰੇ ਕਮਰੇ 'ਚ ਆ ਰਿਹਾ ਹਾਂ ਤੇ ਰੈਂਟ ਮੈਂ ਦਿਆਂ ਹਾਂ 12 ਵਜੇ ਚੈੱਕ ਆਊਟ ਟਾਈਮ ਹੈ ਤੇ ਤੂੰ ਠੀਕ ਹੈ ਅਗਲਾ ਮੈਂ ਦੇ ਦੇਵਾਂਗੀ ਯਾਰ ਚੀਜ਼ ਤੂੰ ਹਰ ਕੰਮ 'ਚ ਕਾਰੋਬਾਰੀ ਹੈ ਹਾਂ ਹੈ ਹਾਂ ਤੂੰ ਨੀਂਦ ਵੀ ਲੋਕਾਂ ਦੀ ਤੂੰ ਵੇਚ ਰਹੀ ਹੈ ਤੁਹਾਡੀ ਮੈਂ ਤੁਹਾਡੇ ਤੁਸੀਂ ਮੇਰੇ ਨਾਲ ਮੈਂ ਤੁਹਾਨੂੰ ਜੰਮਿਆ ਹੈ ਹਾਂ ਮੈਂ ਤੁਹਾਨੂੰ ਜੰਮਿਆ ਤੇ ਤੂੰ ਇੱਥੇ ਕੱਲੀ ਨੇ ਸੋਣਾ ਹੈ ਮਤਲਬ ਕਿ ਤੈਨੂੰ ਕੋਈ ਖਤਰਾ ਹੈ ਮੈਨੂੰ ਤੁਹਾਡੇ ਕੋ ਖਤਰਾ ਹੈ ਹਾਂ ਤੁਹਾਡੀ ਅੱਜ ਅੱਖਾਂ ਦੇ ਵਿੱਚ ਨਾ ਮੈਨੂੰ ਕੋਈ ਲਾਲ ਰੰਗ ਦੀ ਕੋਈ ਸ਼ੈ ਨਜ਼ਰ ਆ ਰਹੀ ਉਹ ਤੇ ਵੈਸੇ ਮੈਂ ਡ੍ਰੌਪ ਨਹੀਂ ਪਾਇਆ ਅੱਜ ਲੈ ਡ੍ਰੌਪ ਨਹੀਂ ਪਾਇਆ ਤੂੰ ਬਗਰ ਨਹੀਂ ਸਮਝੀ ਉਹ ਲਰਜੀ ਹੈ ਲਰਜੀ ਲੁਜੀ ਕੋ ਨਹੀਂ ਦੇਖ ਨਾ ਮੈਂ ਵਿੱਕੀ ਜਾਨੀ ਕਰਕੇ ਸੋਣਾ ਹੁੰਦਾ ਹੈ
ਮੈਂ ਵਿੱਚ ਵਾਜ਼ਾ ਹੀ ਕੱਢਣੀ ਆ ਆਹ ਤੇ ਸੁਤੇ ਪੇ ਟੀਕਾ ਵੀ ਲੱਗਦਾ ਤੈਨੂੰ ਕਿਹੜਾ ਕਾਦੀਆਂ ਵਾਜ਼ਾ ਕੱਢਣੀਆਂ ਨੇ ਤੂੰ ਯਾਰ ਤੈਨੂੰ ਮੈਂ ਆਪਣੇ ਕਮਰੇ ਚ ਨਹੀਂ ਸੌਣ ਲੱਗ ਕੋਈ ਜ਼ਬਰਦਸਤੀ ਏ ਤੂੰ ਗੱਲੀ ਨੇ ਕੀ ਕਰਨਾ ਸੌਂਗੇ ਮੈਨੂੰ ਤੇਰੇ ਪੇ ਦੱਸ ਮੈਂ ਟਾਈਮ ਦਿੱਤਾ ਕਿਸੇ ਨੇ ਜਾਂ ਫਿਰ ਕੀ ਕਰਨਾ ਕੀ ਗੱਲ ਏ ਟਾਈਮ ਦਿੱਤਾ ਉਹ ਜਦੋਂ ਆਏਗਾ ਦੱਸ ਦੀ ਮੈਂ ਸ਼ਾਇਦ ਪਾਸਾ ਲੈ ਕੇ ਪਰੇ ਪੈ ਜਾਣਾ ਤੇ ਤੇਰੇ ਤੇਰੇ ਹੁੰਦੇ ਮੇਰੇ ਕੋਲ ਕੀ ਹੋਏਗਾ ਤੇ ਮੈਂ ਇੱਥੇ ਹੋਵਾਂਗਾ ਤੇ ਉਹਦੇ ਕੋਲ ਕੀ ਹੋਏਗਾ ਤੇ ਉਹੀ ਨਾ ਨਾ ਉਹਦੇ ਕੋਲ ਹੋਣਾ ਨਾ ਮੇਰੇ ਕੋਲ ਹੋਣਾ ਤੇ ਫਾਇਦਾ ਨਹੀਂ ਕੈਸੀ ਗੱਲ ਹੈ ਹਾਂ ਨਿਕਾਹ ਦੀ ਕੈਸੀ ਗੱਲ ਹੈ ਸਾਦਾ ਉੱਠੋ ਸਾਦਾ ਕਿਸੇ ਦੀ ਕਮਰੇ ਦੀ ਪ੍ਰਾਈਵੇਸੀ ਆਪਣੀ ਆਪਣੀ ਅੰਦਰ ਠੀਕ ਹੈ ਅਸੀਂ ਕੁਲੀਕ ਆਂ ਕਿ ਦੂਜੇ ਉੱਥੇ ਕਿਹੜੀ ਤੇਰੀ ਪ੍ਰਾਈਵੇਸੀ ਤੇਰੇ ਕਮਰੇ ਦੇ ਕੱਛਾ ਨਹੀਂ ਪਾਇਆ ਜੀ ਕੀ ਪ੍ਰਾਈਵੇਸੀ ਹੈ ਮੈਂ ਫਿਰ ਤੇਰੇ ਕਮਰੇ ਚਲੇ ਜਾਵਾਂ ਜਾ ਮੇਰੇ ਕਮਰੇ ਤੇ ਅਲਹਮਦੁਲਿਲਾ ਏਸੀ ਬੰਦ ਹੋ ਤੇ ਸਕੂਨ ਨਾ ਸੌਂ ਜਾ ਯਾਰ ਕਿੱਡੀ ਗਲਤ ਗੱਲ ਯਾਰ ਤੁਹਾਨੂੰ ਜ਼ਰਾ ਖਿਆਲ ਨਹੀਂ ਆਪਣੇ ਕੁਲੀਕ ਅੱਛਾ ਅੱਛਾ ਤੁਸੀਂ ਮੈਨੂੰ ਵੇਖ ਕੇ ਡਰ ਜੇ ਤਾਂ ਫਿਰ ਤੂੰ ਨਾ ਮੇਕਅਪ ਲਾਈ ਤੇ ਫਿਰ ਮੈਂ ਤੁਹਾਨੂੰ ਵੇਖ ਕੇ ਡਰ ਜਾ ਤੇ ਫਿਰ ਮੈਂ ਮੇਕਅਪ ਕਰ ਲੈਣਾ ਹਾਲਤ ਕਰਨਾ ਨਾ ਕਿਸੇ ਮਸ ਮੇਕਅਪ ਕਰ ਫਿਰ ਸੁਰਖੀ ਲਾ ਸ਼ਾਬਾਸ਼ ਲਾ ਕੇ ਤੂੰ ਮੇਰਾ ਸੁੱਤੇ ਪੈਦਾ ਰੇਟ ਲਵਾ ਦੇ ਯਾਰ ਤੂੰ ਕੈਸੀ ਤੇਲ ਔਰ ਤੂੰ ਯਾਰ ਤੁਹਾਡਾ ਕਹਦਾ ਰੇਟ ਲੱਗਣਾ ਹੈ ਕਹਦਾ ਰੇਟ ਲੱਗੇਗਾ ਬਹੁਤ ਅੱਛੇ ਭਲਾਦ ਮਾੜੇ ਹੋਣ ਨਾ ਬੰਦੇ ਨੂੰ ਮਰੂੰਡਾ ਵੀ ਪੀਜ਼ਾ ਲੱਗ ਰਿਹਾ ਹੁੰਦਾ ਗੱਲ ਸਮਝ ਕੋਈ ਮੇਰੇ ਇੰਨੇ ਜਾਣਾ ਹਾਲਾਤ ਵੜ ਚਾਹ ਪੀਣੀ ਹੈ ਚਾਹ ਪੀਣੀ ਮੈਂ ਸੋਣਾ ਚਾਹ ਮੈਂ ਮਫਕਰਾਂ ਮੈਂ ਕੋ ਰਾਤ ਨੂੰ ਕੁਝ ਲਿਖਣਾ ਹੈ ਮੈਂ ਤੂੰ ਤੇ ਅੱਜ ਚਾਹ ਪੀਣੀ ਤੇਰੇ ਅੰਦਰ ਪਤਾ ਨਹੀਂ ਕਵਾਲ ਮਰਿਆ ਕੋਈ ਹਰ ਵੇਲੇ ਚਾਹ ਪੀ ਜਾਣੀ ਕਿਹਦਾ ਕੀ ਕਰਨਾ ਉਹ ਮੇਰਾ ਹੋਰ ਕਿਹਦਾ ਕੀ ਕਰਨਾ ਕੀ ਸਿਆਪਾ ਪਾਤਾ ਹੈ ਕੀ ਮੈਂ ਸਿਆਪਾ ਪਾਤਾ ਹੀ ਤੁਹਾਨੂੰ ਮੈਂ ਯਾਰ ਇੰਨਾ ਨਹੀਂ ਹੁੰਦਾ ਮੈਂ ਇੱਕ ਵਾਰੀ ਕਮਰੇ ਚ ਕੀ ਸਵਾਦ ਤਾਂ ਗਲਤੀ ਕਰ ਦਿੱਤੀ ਤਾਂ ਮਤਲਬ ਅਸੀਂ ਕੋਈ ਮਤਲਬ ਕੈਨੇਡਾ ਸਫ਼ਰ ਚ ਨਿਕਲੇ ਆਇਆ ਕਿ ਮੈਂ ਆਪਣੇ ਕਮਰੇ ਚ ਪਾ ਲਾਂ ਇਹ ਪਾਕਿਸਤਾਨ ਹੈ ਫੈਸਲਾਬਾਦ ਹੈ ਕਿ ਮਿੰਟ ਚ ਬਦਨਾਮੀ ਲੱਗੇ ਕਿ ਸ਼ੀਦਾ ਦੇ ਕਮਰੇ ਚ ਵਿਕੀ ਬਦਨਾਮੀ ਕਿਹੜੀ ਅਸੀਂ ਲਾਈਵ ਆਣ ਰਹੇ ਆ ਮੀਡੀਆ ਤੇ ਚੱਲਣੀ ਹੈ ਗੱਲ ਤੇ ਕੋਈ ਪਤਾ ਚੱਲਦਾ ਇਹ ਅੱਜ ਗੱਲ ਯਾਰ ਸਵੇਰ ਉਹ ਹੋ ਜਾਏਗਾ ਇੱਥੇ ਠੀਕ ਨਹੀਂ ਸਵੇਰ ਨਹੀਂ ਸਵੇਰ ਮੈਂ ਸਵੇਰ ਜਾਣਾ ਵੀ 1-2 ਵਜੇ ਉੱਠਣਾ ਵੀ ਵਿਕੀ ਦੋ ਅੱਛਾ ਨਹੀਂ ਮੈਂ ਤੈਨੂੰ ਉਠਾ ਦੇਵਾਂਗਾ ਜਾ ਫਿਰ 12 ਵਜੇ ਉਠਾ ਦੇਵਾਂਗਾ ਤੈਨੂੰ ਆਪਣੀ ਨਹੀਂ ਹੋਸ਼ ਰਹਿੰਦੀ ਤੂੰ ਪੁੱਠੇ ਸਿੱਧੇ ਖੰਗਾੜ ਜੰਨਾ ਮੈਂ ਨਸ਼ਾ ਕਰਕੇ ਸੌਣਾ ਮੈਂ ਹੈ ਅੱਛਾ ਨਹੀਂ ਨਾ ਮੈਂ ਨਹੀਂ ਤੇਰੀ ਮਿਹਰਬਾਨੀ ਨਾ ਕਰ ਵੀ ਕਿ ਤੂੰ ਅੱਜ ਮੈਨੂੰ ਚੀਜ਼ਾ ਕਰਨਾ ਹੈ ਉਹ ਚੀਜ਼ਾ ਨਹੀਂ ਕਰ ਰਿਹਾ ਮੈਂ ਸੀਰੀਅਸ ਆ ਯਾਰ ਚੀਜ਼ਾ ਕਿਹੜਾ ਕਰ ਰਿਹਾ ਮੈਂ ਤੇਰਾ ਐ ਤੂੰ ਕਰ ਰਹੀ ਚੀਜ਼ਾ ਮੈਂ ਇੰਜ ਕਰਕੇ ਸੌਣੀ ਆ ਕਿਸ ਤਰ੍ਹਾਂ ਫਿਰ ਮੈਂ ਇੰਜ ਕਰਨੀ ਤੂੰ ਹਰਕਤ ਤੂੰ ਕਰ ਰਹੀ ਹੈ ਕਿ ਮੈਂ ਇੰਜ ਕਰਨੀ ਚੀਜ਼ਾ ਜਗਾਉਣ ਵਾਲੀਆਂ ਹਰਕਤਾਂ ਐ ਸੌਣ ਵਾਲੀਆਂ ਨਹੀਂ ਮੇਰੀ ਜੀਨਾ ਆ ਰਹੇ ਕੀ ਆ ਰਹੇ ਜੀ ਬੜੀ 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 ਤੇਰੇ ਨਾਲ ਜਿੰਨ ਦੀ ਜੱਫੀ ਵਾਲੀ ਗਰਾਰੀ ਫੜੀ ਹੋਈ ਐ ਮੇਰੇ ਹੱਥ ਸਿੱਧਾ ਕਰੀ 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 ਯਾਰ ਇੱਕ ਮਿੰਟ ਕਰੀ 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 ਓਏ ਜਿੰਨ ਸਿੱਧਾ ਹੀ ਹੋ ਗਈ ਜਿੰਨ ਥੋੜੀ ਤੇ ਠਹਿਰ ਜਿੰਨ ਥੋੜੀ ਤੇ ਡੈਰੀ ਉਹ ਮੈਨੂੰ ਗੱਲ ਤੇ ਹੋ ਜਾਂ ਉਹ ਇੱਕ ਮਿੰਟ ਉਲੂ ਦੀ ਪੱਟੀਏ ਓ ਯਾਰ ਕੌਣ ਹੈ ਕੀ ਮੇਰੀ ਗੱਲ ਸੁਣ ਖੁਦਾ ਦੀ ਕਸਮ ਮੈਂ ਕੀ ਜਿੰਨ ਲੱਗ ਗਿਆ ਕੁਚੀਤ ਮੇਰੇ ਓਏ ਚਾਰ ਕਿਹੜਾ ਜਿੰਨ ਕਿਹੜਾ ਜਿੰਨ ਜਿੰਨ ਮੂੰਹ ਵੀ ਚੰਗਾ ਲੱਗਣ ਨੇ जिन तेरा काम सीख चुका तेन सही कह नहीं अच्छा पढ़िया ना ना सो की जमन च कौन खुश सी मैं 2-4 बंदे तेरे मुंह तक करा देने तू मननी पैनी है ਸੀਰੀਅਸ ਜ਼ਰਾ ਤਾਂ ਸੋਹਣਾ ਨਹੀਂ ਤੇਰੀ ਬੀਵੀ ਤੇਰੀ ਕਿੱਸਾ ਚੁੰਮੀ ਲੈਂਦੀ ਹੋਏਗੀ ਹੁਣ ਤੇਰਾ ਪਤਾ ਕੀ ਮਾਇੰਡ ਹੈ ਮੈਂ ਤੈਨੂੰ ਕਹਾਂਗਾ ਤੂੰ ਮੇਰੀ ਲੈ ਕੇ ਵੇਖ ਲੈ ਚੁੰਮੀ ਨਹੀਂ ਨਹੀਂ ਚੁੰਮੀ ਨਾ ਨਾ ਇਹ ਨਹੀਂ ਹੋਣਾ ਇਹ ਨਹੀਂ ਮੇਰਾ ਟੇਸਟ ਇਹ ਕੋ ਹਰਾਮ ਦਾ ਮਾਲ ਨਹੀਂਗਾ ਤੂੰ ਮੇਰਾ ਟੇਸਟ ਹੀ ਨਹੀਂ ਹੈ ਤੇਰੇ ਨਾਲ ਤਾਂ ਸੋਹਣਾ ਤੇਰਾ ਜਿਹੜਾ ਮੁਲਾਜ਼ਮ ਹੈ ਨਾ ਜਾਫਰ ਉਹਦੇ ਤੂੰ ਬਾਡੀ ਵੇਖ ਹੈ ਉਹ ਸੋਹਣਾ ਹੀ ਤੇਰੇ ਤੇਰੀ ਮਾਂ ਦੀ ਕਸਮ ਹੋਰ ਭੇਜਣ ਲੱਗਾ ਹੁਣ ਠੀਕ ਹੈ ਚੱਲ ਜਾ ਤੈਨੂੰ ਤੇਰੀ ਮਾਂ ਦੀ ਕਸਮ ਉੱਠ ਤੋ ਉਹ ਹੀ ਸੋਏਗਾ ਤੇ ਉਹ ਹੀ ਸੋ ਜਾਏਗਾ ਤੇ ਆਖਰੀ ਫੈਸਲਾ ਤੇਰਾ ਆਖਰੀ ਫੈਸਲਾ ਚੱਲ ਨਿਕਲ ਜਾ ਫਿਰ ਮੈਂ ਜਾ ਜਾਫਰ ਜਾਣੇ ਤੇ ਤੂੰ ਜਾ ਮੈਂ ਜਾਣਾ ਤੇ ਜਾਫਰ ਜਾਣੇ ਚੱਲ ਜਾ ਆਈ ਤੈਨੂੰ ਜਾਫਰ ਪਿਆਰ ਹੋ ਗਿਆ ਇਜ਼ਾਨ ਹੋ ਗਿਆ ਹਾਏ ਸੌਣ ਲੈਂਦੇ ਯਾਰ ਸੀਦਾ ਤੇਰੀ ਮਿਹਰਬਾਨੀ ਜਾਫਰ ਸੋਏਗਾ ਜਾਫਰ ਹੈ ਆਖਰੀ ਫੈਸਲਾ ਮੇਰਾ ਜਾਫਰ ਸੋਏਗਾ ਤੇ
तेरा फैसला आखरी है तेरे इश्क आखरी हो नहीं इश्क आखरी नहीं जाफर चाहिए जाफर जरूरी चाहिए तेन हाँ जी उन भी ऐसी करेंगे हाँ जी बड़ी खुली डुली और यार तू मैंने छड़ना बाबा खुली है चाहे बाबा बंद है तेन कोई टेंशन मैं तेन गल कही मैं टेंशन नहीं कोई हाँ कोई है तो दस दे सौ तो ले यार चार किलो जा रहे हैं और मैं तेरे को की जा रहे हैं नहीं यार अच्छे नहीं जाफर ने भेज दे तू चल जा उधर उन्हें भी सोना ही है उन्हें की कहानी करनी है थे लेकिन वो सोना लगेगा सोंदे शीजा दे कमरे च हुन मैं तन्नू सोवा लावा सुता पिया हां वो जागदा सोना नहीं लगदा है सुता पे तन्नू सोना तन्नू एहो जे बंदे दी क्वालिटी आंदा नहीं पता की जी तन्नू तो मैं शर्म ना कोई गल भी नहीं कह सकदी तो वजह शर्म ना की मतलब है ताया तेरा मैं ओ चल अच्छा ताया जा जा चल दूं यार तेरी मेहरबानी मैं सोना ही सुती सब पहले भी नहीं मैं सोना है मैं सुबह रिकॉर्डिंग करनी है केड़ी तेरी रिकॉर्डिंग सुबह तू खबरनामा पढ़ना तू जा तेरी मेहरबानी रिकॉर्डिंग कर जा यार तेरी मेहरबानी उठे उधर साइड क्यों मैं आई जाफर हां जी हां साजी एसी नहीं कर रहा है उधर उधर ईटा चुकने आ तेरा गैदअप की साजी गर्मी बहुत लगने से नाल हो मड़ा नींद आ रही अपने मां ना तुसी पहले कभी एसी सुता है हैं साजी थोड़ी मेहरबानी में नींद बड़ी आ रही है थोड़ा नाल हो ठीक चल यार सोन दे उठे सुता ही सी ये अच्छा उठते से एक मिनट चल मेरा उधर पंखा बंद करके सो जा चल साजी अगर सीना बड़ा मुंह आड़ दे देखो मैं पूरी बनियान पे जगी है इधर आए जाफर इधर आ की है इधर का दरिया आ जाफर इधर आ इथे आ दिसो आ मेरे शहजाद इथे आ पीछे हट ना मैं जाफर वाले देख शहजाद लाया इथे तो जा आओ जाफर जी इधर आओ आ जा आ जा देखो मेरा किन्ना मनु मतलब जाफर मैं तेरे उस्ताद तरह दी काफर नहीं है ते बे लेट जलाद ही बड़े हुए हैं ड्रिप लग लगी पठाने दी ससी साइकल उठ तो इहदे कमरे सौ कमरे दे विच स्मेल घट चल 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 मैं मजाक कर चल उठो उठे उठे अपने थोड़ी थले करके परफ्यूम लाओ थले करके हाँ बहुत स्मेल आ रही तेरे शगीर दे विच चादर धो के विछिया ने विछिया ने चल विकी उठ उठ खड़ा किथे हो अच्छा विकी उठ गल तो सुन ओ यार खुदा दी कसम ऐसी बुद्धि दौड़ बना दे जितिका चल निकल लिया फड़ मेरे जोगर फड़ वो जोगर फड़ो चलो तेरा भी इंशाल्लाह एसी बंद होना ही चल चल बंद कर इधर आए और बंदे का कारोबार भी बंद होना चाहिए एसी वाला कमरा ले बूट भी चोक नहीं स्मेल आ रही है बगल गंदी चल 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 तेरे बूट तेरे बूट तेरे गूची की स्मेल आती ना उधर स्मेल चल 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 चलो फड़े चलो भाई सोनी हैं चलो भी दफा हो।